ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜਗਦੀਸ਼ ਟਾਈਟਲਰ ਦਾ ਕੇਸ ਕਰਕੜਡੂਮਾ ਕੋਰਟ 'ਚ CBI ਦੀ ਅਦਾਲਤ ਸੀਗਾ। ਅੱਜ ਉੱਥੇ 3 ਡਿਵੈਲਪਮੈਂਟਸ ਹੋਈਆਂ ਨੇ। ਪਹਿਲੀ ਡਿਵੈਲਪਮੈਂਟ ਇਹ ਕਿ ਜਿਹੜੀ CD ਮੈਨੂੰ ਕੋਈ ਦੇ ਗਿਆ ਸੀਗਾ, ਔਰ ਇੱਕ ਜਿਹੜੀ TV 18 ਨੂੰ ਜਗਦੀਸ਼ ਟਾਈਟਲਰ ਨੇ ਖੁਦ ਆਪਣੀ ਬਿਆਨ ਦਿੱਤਾ ਸੀਗਾ, ਇਹ ਦੋਨੋਂ CDs ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੇ ਵਕੀਲ ਸਾਹਿਬ ਗੁਰਬਖਸ਼ ਸਿੰਘ ਹੋਰਾਂ ਨੇ ਕੋਰਟ 'ਚ ਜਮ੍ਹਾਂ ਕਰਾਈਆਂ, ਔਰ ਜੱਜ ਸਾਹਿਬ ਨੇ CBI ਨੂੰ ਇੰਸਟਰਕਸ਼ਨ ਦਿੱਤੀਆਂ ਨੇ ਕਿ ਇਸ 'ਤੇ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਨੰਬਰ 2, ਜਿਹੜਾ ਕਈ ਮਹੀਨਿਆਂ ਤੋਂ ਦਿੱਲੀ ਸਰਕਾਰ ਦੀ ਮਸ਼ੀਨ ਖਰਾਬ ਪਈ ਹੈ ਜਿਹਦੇ 'ਤੇ ਲਾਈ ਡਿਟੈਕਟਰ ਟੈਸਟ ਹੋਣਾ, ਉਹਦੇ ਉੱਤੇ ਜਦੋਂ ਕੋਰਟ ਦੇ ਵਿੱਚ ਸ਼ੋਰ ਪਿਆ ਅਤੇ ਅਭਿਸ਼ੇਕ ਵਰਮਾ ਜਿਹੜਾ ਦੱਸਣਾ ਚਾਹੁੰਦਾ ਹੈ ਕਿ ਕਿਸ ਤਰੀਕੇ ਨਾਲ ਸੁਰਿੰਦਰ ਸਿੰਘ ਗਵਾਹ ਨੂੰ ਖਰੀਦਿਆ ਗਿਆ ਸੀਗਾ, ਉਸ ਦੇ ਪੁੱਤਰ ਦਾ ਵੀਜ਼ਾ ਲਗਵਾ ਕੇ ਬਾਹਰ ਭੇਜਿਆ ਗਿਆ ਸੀ, ਔਰ ਟਾਈਟਲਰ ਨੇ ਸਾਰਾ ਕੁਝ ਅਭਿਸ਼ੇਕ ਵਰਮਾ ਤੋਂ ਕਰਾਇਆ ਸੀਗਾ, ਉਹਦੇ ਲਈ ਮਸ਼ੀਨ ਜਿਹੜੀ ਦਿੱਲੀ ਸਰਕਾਰ ਦੀ ਖਰਾਬ ਪਈ ਹੈ, ਉਹਨਾਂ ਨੇ ਆਪਸ਼ਨ ਦਿੱਤੀ ਕਿ ਇੰਡੀਅਨ ਆਰਮੀ ਦੀ ਕੈਂਟ ਦੇ ਵਿੱਚ ਮਸ਼ੀਨ ਹੈਗੀ ਹੈ, ਔਰ ਮੈਂ ਤਿਆਰ ਹਾਂ ਅਗਰ ਮੇਰਾ ਲਾਈ ਡਿਟੈਕਟਰ ਟੈਸਟ ਕਰਨਾ ਹੋਵੇ, ਔਰ ਕੋਰਟ ਅਗਰ ਕਵੇ ਤਾਂ ਆਰਮੀ ਮੰਨ ਜਾਏਗੀ। ਜੱਜ ਸਾਹਿਬ ਨੇ CBI ਨੂੰ ਹਦਾਇਤ ਦੇ ਦਿੱਤੀ ਕਿ ਆਰਮੀ ਵਾਲਿਆਂ ਨਾਲ ਗੱਲ ਕਰਕੇ ਇਹਨਾਂ ਦਾ ਲਾਈ ਡਿਟੈਕਟਰ ਟੈਸਟ ਉੱਥੇ ਕਰਵਾਇਆ ਜਾਵੇ। ਮੈਂ ਸਮਝਦਾ ਇਹ ਵੀ ਇੱਕ ਵੱਡੀ ਕਾਮਯਾਬੀ ਮਿਲੀ ਹੈ। ਤੀਜੀ ਗੱਲ, ਇਸੇ ਕੇਸ 'ਚ ਲਖਵਿੰਦਰ ਕੌਰ ਜਿਹੜੀ ਪੁਲਬੰਗਸ਼ ਵਾਲਾ ਕੇਸ ਹੈ, ਇਹਦੇ ਵਿੱਚ ਹੀ CBI ਜਿਹੜੀ ਹੈ ਬੜੀ ਢਿੱਲਮੱਠ ਕਰ ਰਹੀ ਸੀ। 164 ਦੇ ਬਿਆਨ ਹੋਣੇ ਨੇ ਗਵਾਹਾਂ ਦੇ, ਇੱਕ ਗਵਾਹ ਆਖਦੇ ਨੇ ਮਰ ਵੀ ਗਿਆ। ਜਦੋਂ ਕੋਰਟ ਦੇ ਸਾਹਮਣੇ ਇਹ ਗੱਲ ਲਿਆਂਦੀ ਗਈ ਤਾਂ 24 ਫਰਵਰੀ ਦੀ ਅਗਲੀ ਡੇਟ ਹੈ, SP CBI ਨੂੰ ਤਲਬ ਕਰ ਲਿਆ ਗਿਆ ਹੈ ਕਿ ਉਹ ਸਟੇਟਸ ਰਿਪੋਰਟ ਦੇਵੇ ਕਿ ਅੱਜ ਤੱਕ CBI ਨੇ ਕਿਹੜੇ ਕਿਹੜੇ ਸਮੇਂ 'ਚ ਕੀ ਕੀਤਾ। ਇਹ ਵੀ ਇੱਕ ਬਹੁਤ ਵੱਡੀ ਕਾਮਯਾਬੀ ਹੈ। ਮੈਂ ਇਹ ਤੁਹਾਡੇ ਸਾਹਮਣੇ ਲਿਆਉਣਾ ਚਾਹੁੰਦਾ ਕਿ ਬੜੀਆਂ ਧਮਕੀਆਂ ਔਰ ਬੜੇ ਕੇਸ ਪਾਉਣ ਦੀ ਗੱਲ ਟਾਈਟਲਰ ਅਤੇ ਉਹਦੇ ਬੰਦਿਆਂ ਨੇ ਕੀਤੇ ਨੇ, ਕਦੀ ਰਾਹੁਲ ਗਾਂਧੀ ਵੱਲੋਂ ਨੋਟਿਸ ਆਉਂਦੇ ਨੇ। ਇੱਕੋ ਇੱਕ ਸਾਡੀ ਸੋਚ ਹੈ ਕਿ ਕਿਸੇ ਤਰੀਕੇ ਜਿਹੜੇ ਵੱਡੇ ਮਗਰਮੱਛ ਤੁਰੇ ਫਿਰਦੇ ਨੇ, ਜਿਨ੍ਹਾਂ ਨੇ ਹਜ਼ਾਰਾਂ ਸਿੱਖਾਂ ਦਾ ਕਤਲ ਕੀਤਾ, ਇਹਨਾਂ ਨੂੰ ਕਿਸੇ ਤਰੀਕੇ ਕਾਨੂੰਨ ਦੀ ਗ੍ਰਿਫਤ 'ਚ ਲੈ ਕੇ ਆਉਣਾ, ਔਰ ਉਹਦੇ ਵਾਸਤੇ ਕੁਛ ਵੀ ਕਰਨਾ ਪਿਆ, ਅਸੀਂ ਤਿਆਰ ਹਾਂ। ਨਾ ਇਹਨਾਂ ਦੇ ਮੁਕੱਦਮਿਆਂ ਤੋਂ ਡਰਦੇ ਹਾਂ, ਨਾ ਇਹਨਾਂ ਦੀਆਂ ਧਮਕੀਆਂ ਤੋਂ ਡਰਦੇ ਹਾਂ। ਮੇਰੀ ਬੇਨਤੀ ਹੈ ਕਿ ਆਪਾਂ ਅਰਦਾਸ ਕਰੀਏ ਕਿ ਕਿਸੇ ਵੀ ਤਰੀਕੇ ਇਹ ਜਿਹੜੇ ਲੋਕਾਂ ਨੇ ਕਈਆਂ ਦੇ ਘਰ ਉਜਾੜ ਦਿੱਤੇ, ਜਿਨ੍ਹਾਂ ਨੇ ਵਿਡੋ ਕਾਲੋਨੀ ਦੁਨੀਆ ਦੇ ਵਿੱਚ ਇੱਕੋ ਇੱਕ ਹੈ ਤਿਲਕ ਵਿਹਾਰ ਦੇ ਵਿੱਚ, ਇਹ ਵਸਾ ਦਿੱਤੀ, ਇਹ ਲੋਕਾਂ ਨੂੰ ਇਨਸਾਫ ਆਪਣੀ ਗ੍ਰਿਫਤ 'ਚ ਲਵੇ ਔਰ ਸਖ਼ਤ ਤੋਂ ਸਖ਼ਤ ਸਜ਼ਾ ਦੇਵੇ। ਪਹਿਲੀ ਦਫ਼ਾ ਇਹ ਜਿਹੜੀਆਂ CDs ਸਾਡੇ ਕੋਲ ਆਈਆਂ ਸੀ ਉਹਦੇ ਉੱਤੇ ਅੱਗੇ ਅਸੀਂ CBI ਦੇ ਆਫਿਸ ਵੀ ਦੇ ਕੇ ਆਏ ਸੀ, ਲੇਕਿਨ ਅੱਜ ਕੋਰਟ ਨੇ ਹਦਾਇਤ ਕਰਕੇ CBI ਨੂੰ ਇਹ ਹੈਂਡਓਵਰ ਕੀਤੀਆਂ ਨੇ ਕਿ ਇਸ ਦੀ ਫਸਟ ਜਲਦੀ ਤੋਂ ਜਲਦੀ ਇਨਕੁਆਇਰੀ ਕੀਤੀ ਜਾਵੇ। ਉਮੀਦ ਹੈ ਆਉਣ ਵਾਲੇ ਸਮੇਂ 'ਚ ਕੋਈ ਨਾ ਕੋਈ ਨਵੇਂ ਫੈਸਲੇ ਜ਼ਰੂਰ ਹੋਣਗੇ। ਇੱਕ ਬਿਆਨ ਦਿੱਤਾ ਸੀਗਾ ਰਾਜੀਵ ਗਾਂਧੀ ਨੇ, ਉਸਨੇ ਆਖਿਆ ਸੀਗਾ ਕਿ ਜਬ ਬੜਾ ਪੇੜ ਗਿਰਤਾ ਹੈ ਤਾਂ ਧਰਤੀ ਹਿਲਤੀ ਹੈ। ਮੈਨੂੰ ਲੱਗਦਾ ਇਹ ਧਰਤੀ ਜਿਹੜੀ ਹੈ ਇਹ ਹੁਣ ਹਿੱਲਣ ਦਾ ਵਕਤ ਆ ਰਿਹਾ ਹੈ। ਇੱਕ ਵਾਰੀ ਸ਼ਾਇਦ ਉਦੋਂ ਹਿੱਲੀ ਸੀ, ਹੁਣ ਹਿੱਲੇਗੀ ਜਦੋਂ ਇਹਨਾਂ ਦੇ ਉੱਤੇ ਸ਼ਿਕੰਜਾ ਕੱਸਿਆ ਜਾਏਗਾ, ਸਾਬਤ ਹੋਏਗਾ ਕਿ ਕਾਤਲ ਕੌਣ ਨੇ, ਸਾਬਤ ਹੋਏਗਾ ਕਿ ਨਹਿਰੂ ਗਾਂਧੀ ਖਾਨਦਾਨ ਦਾ, ਸੋਨੀਆ ਗਾਂਧੀ ਦੇ ਪਰਿਵਾਰ ਦਾ ਕੀ ਰੋਲ ਸੀਗਾ, ਇਹ ਸਾਬਤ ਹੋਏਗਾ। ਕਿਸੇ ਜਗ੍ਹਾ ਆਖਿਆ ਜਾਂਦਾ ਹੈ ਕਿ ਮੈਂ ਸਵੇਰੇ ਉਸ ਨਾਲ ਰਾਜੀਵ ਗਾਂਧੀ ਨਾਲ ਟਾਈਟਲ ਕਹਿੰਦਾ ਕਿ ਗੱਡੀ 'ਚ ਬਿਠਾ ਕੇ ਮੈਨੂੰ ਡਰਾਈਵ ਕਰਕੇ ਲੈ ਕੇ ਗਿਆ। ਜਿਹੜਾ ਰਾਤੀ ਉੱਥੇ ਸ਼ਖਸ ਉਤਰਿਆ ਹੋਵੇ ਜਹਾਜ਼ 'ਤੇ, ਆਪਣੀ ਮਾਂ ਦੀ ਲਾਸ਼ ਕੋਲ ਗਿਆ ਹੋਵੇ, ਰਾਤੀ ਉਹਨੇ ਸਹੁੰ ਚੁੱਕੀ ਹੋਵੇ, ਅਗਲੇ ਦਿਨ ਸਿਕਿਉਰਿਟੀ ਅਲਾਓ ਕਰ ਦੇਗੀ ਕਿ ਇੰਦਰਾ ਗਾਂਧੀ ਦਾ ਕਤਲ ਹੋ ਗਿਆ ਅਤੇ ਪ੍ਰਾਈਮ ਮਿਨਿਸਟਰ ਨੂੰ ਇਕੱਲਿਆਂ ਗੱਡੀ 'ਚ ਜਾਣ ਦੇਗੀ, ਇਹ ਸਾਰੇ ਝੂਠਾਂ ਦਾ ਨਿਬੇੜਾ ਹੋਏਗਾ। ਇਹ ਵੀ ਨਿਬੇੜਾ ਹੋਏਗਾ ਜਿਹੜਾ ਰਾਜਾ ਜੀ ਨੇ ਬਿਆਨ ਦਿੱਤਾ ਸੀਗਾ ਕਿ ਅਮਰਿੰਦਰ ਸਿੰਘ ਹੋਰਾਂ ਨੇ ਕਿ ਰਾਜੀਵ ਦੇ ਆਉਣ ਤੋਂ ਪਹਿਲੇ ਸਾਰੀ ਉੱਥੇ ਵਾਰਦਾਤ ਕਤਲੇਆਮ ਹੋ ਚੁੱਕੀ ਸੀ। 31 ਤਰੀਕ ਨੂੰ ਮੈਂ ਸਾਰਾ ਵੇਰਵਾ ਦੇ ਚੁੱਕਾ ਕਿ ਪ੍ਰਣਾਬ ਮੁਖਰਜੀ ਦੀ ਕਿਤਾਬ ਦਾ ਸਵੇਰੇ 9 ਵਜੇ ਤੋਂ ਲੈ ਕੇ ਔਰ ਸ਼ਾਮ ਤੱਕ ਦਾ ਕੀ ਕੁਛ ਹੋਇਆ, ਕਦੋਂ ਦਿੱਲੀ 'ਚ ਲੈਂਡ ਕਰਦੇ ਨੇ, ਕਦੋਂ ਰਾਸ਼ਟਰਪਤੀ ਓਮਾਨ ਤੋਂ ਵਾਪਸ ਆਉਂਦੇ ਗਿਆਨੀ ਜ਼ੈਲ ਸਿੰਘ ਦੀ ਗੱਡੀ 'ਤੇ ਹਮਲਾ ਹੁੰਦਾ। ਖਾਲੀ ਗਿਆਨੀ ਜ਼ੈਲ ਸਿੰਘ ਦੀ ਗੱਡੀ 'ਤੇ ਹਮਲਾ ਨਹੀਂ ਹੁੰਦਾ, ਉਹਦਾ ਜਿਹੜਾ ਗਾਰਡ ਹੈ ਉਸਨੂੰ ਵੱਟੇ ਮਾਰੇ ਜਾਂਦੇ ਨੇ, ਉਸਨੂੰ ਪੱਟੀਆਂ ਕਰਾਉਂਦੇ ਹੋਏ ਦੀ ਫੋਟੋ ਨੇ। 31 ਤਰੀਕ ਸ਼ਾਮ ਨੂੰ ਸਿਰਫ ਏਮਸ ਆਲ ਇੰਡੀਆ ਮੈਡੀਕਲ ਇੰਸਟੀਚਿਊਟ ਦੇ ਆਸ ਪਾਸ ਸਾਰੀਆਂ ਵਾਰਦਾਤਾਂ ਹੋਈਆਂ ਸੀ, ਬਾਹਰ ਕੋਈ ਵਾਰਦਾਤ ਨਹੀਂ ਹੋਈ ਸੀਗੀ। ਮੈਸੇਜ ਦਿੱਤਾ ਸੀ ਇਹਨਾਂ ਨੇ ਰਾਸ਼ਟਰਪਤੀ ਦੀ ਗੱਡੀ ਦੇ ਵੱਟੇ ਮਰਵਾ ਕੇ ਕਿ ਜੇ ਰਾਸ਼ਟਰਪਤੀ ਨਹੀਂ ਬਖਸ਼ਿਆ ਜਾ ਸਕਦਾ ਤਾਂ ਅਸੀਂ ਕਿਸੇ ਹੋਰ ਨੂੰ ਕਿਵੇਂ ਬਖਸ਼ ਸਕਦੇ ਹਾਂ। ਮੈਂ ਸਮਝਦਾ ਵਾਂ
ਉਸ ਤੋਂ ਬਾਅਦ ਰਾਜੀਵ ਗਾਂਧੀ ਨੇ ਮੀਟਿੰਗ ਲਈ ਸੀ ਜਿਹਦੇ 'ਚ ਸੱਜਣ ਟਾਈਟਲਰ ਭਗਤ ਵਰਗੇ ਵੱਡੇ ਮਗਰਮੱਛ ਸੀ, ਦੱਸਿਆ ਗਿਆ ਸੀ ਮੇਰੀ ਮਾਂ ਕੋ ਮਾਰਾ ਗਿਆ, ਤੁਮ ਕਿਆ ਕਰ ਰਹੇ ਹੋ। ਔਰ 1-2-3 ਤਰੀਕ ਨੂੰ ਜੋ ਕਤਲੇਆਮ ਹੋਇਆ ਦਿੱਲੀ 'ਚ ਔਰ ਹਿੰਦੁਸਤਾਨ 'ਚ ਤੁਹਾਡੇ ਸਾਹਮਣੇ ਹੈ। ਮੇਰਾ ਖਿਆਲ ਹੈ ਜਿਹੜੀ ਗੱਲ ਰਾਜੀਵ ਗਾਂਧੀ ਨੇ ਕਹੀ ਸੀ ਕਿ ਜਬ ਬੜਾ ਪੇੜ ਗਿਰਤਾ ਤੋ ਧਰਤੀ ਹਿਲਤੀ ਹੈ, ਧਰਤੀ ਇੱਕ ਵਾਰੀ ਫਿਰ ਹਿਲੇਗੀ ਜਬ ਇਹ ਲੋਕ ਜੇਲ੍ਹ ਮੇਂ ਜਾਏਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।